मिट्टी च भी अजकल तेरा लारा लिया रेतली मिट्टी दे नाल सुआह तखे कोई शह बननी ऐ तू इना झूठिया अखरां चो जामू की कढ़ना की किताबड़ी जी फड़ के बैठा बाबा बस मेनू ना छेड़ मेनू पढ़ने तू पढ़ के कोई डिप्टी कमिश्नर लग जाना है गल सुन मेरिया हड्डिया ना गाल पुत्र कोई काम सिख ले काम ऐ भी कोई काम है बाबा मेनू बस तू मेरे वाला काम करन दे मेनू पढ़ने ओ गल सुन जामू पुत्र इधर तक मेरी गल सुन तू कमी दा बाल है तू चार जमातां पढ़ भी गया ते अखीर पुत्र तू चौधरी दे डंगर ही चारने ने बाबा मास्टर साहब कहंदे ने के पढ़ लिख के बंदा वड्डा बंदा बन जांदा है ਕਿੰਨਾ ਕੁ ਵੱਡਾ ਕੋਠਾ ਜਿੱਡਾ ਉਹ ਦੇਖ ਕਮੀਆਂ ਦੇ ਬਾਲਾਂ ਦਾ ਇਹ ਜਿਹੜਾ ਪਿੰਡ ਦਾ ਚੌਧਰੀ ਹੈ ਲਿਖਣਾ ਪੜ੍ਹਨਾ ਪੁੱਤਰ ਪਸੰਦ ਨਹੀਂ ਕਰਦਾ ਉਹਨੇ ਮੈਨੂੰ ਹਜ਼ਾਰ ਵਾਰੀ ਆਖਿਆ ਵੀ ਜਾਮੂ ਨੂੰ ਮੇਰੇ ਸਟੱਡ ਫਾਰਮ ਤੇ ਕਰ ਦੇ ਘੋੜਿਆਂ ਦੀ ਟਹਿਲ ਸੇਵਾ ਕਰੇਗਾ ਤੇ ਚਾਰ ਪੈਸੇ ਲੱਭ ਜਾਇਆ ਕਰਨਗੇ ਘੋੜਿਆਂ ਦੀ ਲਿੱਦ ਮੇਲਣ ਨੂੰ ਤੂੰ ਟਹਿਲ ਸੇਵਾ ਕਹਿੰਦਾ ਓਏ ਮੰਨ ਲੈ ਮੇਰੀ ਗੱਲ ਫਲਾਤੂਨ ਦੇ ਪੁੱਤਰਾ ਮੰਨ ਲੈ ਮੇਰੀ ਗੱਲ ਵੱਡਿਆਂ ਨੇ ਸੱਚ ਆਖਿਆ ਬਈ ਮੋਚੀ ਦਾ ਪੁੱਤਰ ਮੋਚੀ ਹੀ ਰਹਿੰਦਾ ਤੇ ਘੁਮਿਆਰ ਦਾ ਪੁੱਤਰ ਘੁਮਿਆਰ ਹੀ ਰਹਿੰਦਾ ਭਾਵੇਂ ਕਿੰਨਾ ਵੀ ਪੜ੍ਹ ਕੇ ਉਹਨਾਂ ਜਾਏ ਸੁਣਦਾ ਪਿਆ ਤੂੰ ਤੇ ਪੁੱਤਰ ਇੰਨੇ ਜੋਗਾ ਵੀ ਨਹੀਂ ਕਿ ਟੋਏ ਚੋ ਇੱਕ ਬੋਰਾ ਮਿੱਟੀ ਦਾ ਲੈ ਕੇ ਆਵੇ ਤੇ ਖਮਾਰ ਰੁਲਦੀ ਫਿਰਦੀ ਹੋ ਬੇਬੇ ਬੇਬੇ ਕੀ ਹੋਇਆ ਭਲੇ ਲਈ ਕਹਿੰਦਾ ਮੈਂ ਤੈਨੂੰ ਕਹਿੰਨੀ ਆ ਇਹਨੂੰ ਕੁਝ ਨਾ ਕਿਹਾ ਕਰ ਇੱਕੋ ਇੱਕ ਸਾਡਾ ਪੁੱਤਰ ਹੈ ਰੱਬ ਦੇ ਕਹਿਰ ਤੋਂ ਡਰ ਨਾ ਤੂੰ ਥੋੜਾ ਚੌਧਰੀਆਂ ਦੇ ਕੰਮ ਕਰਨ ਜੋਗਾ ਪਛਾਨੋਂ ਦੇਖ ਮੈਂ ਜਾਮੂ ਤੇ ਭਲੇ ਲਈ ਕਹਿੰਦਾ ਓਏ ਤੂੰ ਦੱਸ ਬਈ ਅਸੀਂ ਇਹਨੂੰ ਸਕੂਲੇ ਭੇਜ ਕੇ ਕੀ ਲੈਣਾ ਦੱਸ ਮੈਨੂੰ ਚੌਧਰੀ ਦੀਵਾਨ ਸੌ ਰੱਬ ਦੀ ਤੇਰੇ ਘੋੜੇ ਏਡੇ ਸੋਹਣੇ ਤੇ ਤਿੱਖੇ ਨੇ ਬੰਦੇ ਦੀ ਨਜ਼ਰ ਨਹੀਂ ਟਿਕਦੀ ਆਏ ਯਾਰ ਕਾਸਿਮ ਜ਼ਿੰਦਗੀ ਚ ਅਸੀਂ ਦੋ ਹੀ ਸ਼ੌਕ ਪਾਲੇ ਨੇ ਇੱਕ ਰੇਸ ਖੇਡਣੀ ਤੇ ਦੂਜਾ ਯਾਰੀਆਂ ਨਿਭਾਣਾ ਸ਼ੌਕ ਦੋਵੇਂ ਘੱਟ ਨਹੀਂ ਇੱਕ ਤੋਂ ਇੱਕ ਵੱਧ ਪਰ ਕੀ ਸ਼ੌਕ ਦੋਵੇਂ ਖਤਰਨਾਕ ਨੇ ਬੰਦਾ ਆਰ ਜਾਂ ਪਾਰ ਅਸੀਂ ਤੇ ਜੀਦਾਰ ਬੰਦੇ ਆ ਜਦੋਂ ਵੀ ਕੋਈ ਸ਼ਹਿਰ ਰੱਖੀ ਏ ਤੇ ਸੁਪਰ ਹੀ ਰੱਖੀ ਏ ਤੇ ਰਹੀ ਗੱਲ ਆਰ ਜਾਂ ਪਾਰ ਦੀ ਤੇ ਅਸੀਂ ਉਹ ਬੰਦੇ ਆ ਜਦੋਂ ਘੋੜ ਸਵਾਰੀ ਕੀਤੀ ਏ ਜਾਂ ਆਪਣਾ ਲੱਕ ਭੰਨ ਦਿੱਤਾ ਤੇ ਜਾਂ ਘੋੜੇ ਦਾ ਆਰ ਜਾਂ ਪਾਰ ਬਾਕੀ ਗੱਲ ਕਿਸਮਤ ਤੇ ਛੱਡ ਦੀ ਕਹਿੰਦਾ ਸਹੀ ਹੈ ਭਾਈ ਆਹੋ ਦੀਵਾਨ ਖਾਨ ਜਦੋਂ ਵੀ ਖੇਡਿਆ ਵੱਡੀ ਤੋਂ ਵੱਡੀ ਰੇਸ ਖੇਡਿਆ ਸ਼ਹਿਰੀ ਬਚੂੰਗੜਿਆ ਰੇਸੀਆਂ ਵਾਂਗੂ ਸਾਨੂੰ ਹਜ਼ਾਰਾਂ ਦੀ ਸ਼ਰਤ ਚੰਗੀ ਨਹੀਂ ਲੱਗਦੀ ਅਸੀਂ ਜਦੋਂ ਵੀ ਖੇਡੇ ਆ ਕਾਸਮ ਲੱਖਾਂ ਦੀ ਲਾ ਕੇ ਖੇਡੇ ਆਰ ਜਾਂ ਪਾਰ ਬਾਕੀ ਛੱਡ ਦੀਦਾ ਉਹਦੇ ਤੇ ਏਡੇ ਵੱਡੇ ਵੱਡੇ ਰਿਸਕ ਨਾ ਲਿਆ ਕਰ ਬੰਦਾ ਕਿਸੇ ਲਈ ਮੂੰਹ ਭਾਰ ਵੀ ਜਾ ਪੈਂਦਾ ਯਾਦ ਹੀ ਪਿਛਲੀ ਵਾਰੀ ਤੇਰਾ ਡਾਇਮੰਡ ਹਾਰ ਗਿਆ ਸੀ ਓਏ ਉਹ ਤੇ ਅਸੀਂ ਜਾਕੀ ਨੂੰ ਰੁਪਈਆ ਲਾ ਕੇ ਸ਼ਰੀਕਾਂ ਦਾ ਘੋੜਾ ਹੀ ਖਿਚਵਾ ਲਿਆ ਸੀ ਇੱਥੇ ਕੀ ਹੋਇਆ ਯਾਰ ਹੁੰਦੇ ਕਾਹਦੇ ਲਈ ਨੇ ਕੀ ਗੱਲ ਹੈ ਮੇਰਾ ਪੁੱਤਰ ਕਿਉਂ ਚੁੱਪ ਚੁੱਪ ਬੈਠਾ
ਮਾਂ ਸਦਕੇ ਜਾਏ ਕੀ ਹੋਇਆ ਖੈਰੀ ਸਲਾਹ ਕੀ ਗੱਲ ਹੈ ਮੈਨੂੰ ਤੇ ਦੱਸ ਕੀ ਹੋਇਆ ਪੁੱਤਰ ਅੰਮਾ ਅੱਬੇ ਨੂੰ ਸਮਝਾ ਲੈ ਮੈਂ ਪੜ੍ਹਨਾ ਬੀਬਾ ਮੇਰੇ ਤੇ ਰਿੰਜ ਨਾ ਹੋ ਤੇਰਾ ਅੱਬਾ ਤੇ ਆਪਣੀ ਸਮਝ ਦਾ ਮਾਲਕ ਹੈ ਉਹਨੂੰ ਮੇਰੀ ਗੱਲ ਸਮਝ ਨਹੀਂ ਆਣੀ ਤੇਰਾ ਕੋਈ ਤਾਇਆ ਚਾਚਾ ਹੁੰਦਾ ਤੇ ਉਹਨੂੰ ਸਮਝਾਉਂਦਾ ਫੇਰ ਵੀ ਅੰਮਾ ਮੈਂ ਅੱਬੇ ਵਾਲਾ ਕੰਮ ਨਹੀਂ ਕਰਨਾ ਅੱਬਾ ਤੇ ਔਰੇ ਵਾਲੇ ਚੌਧਰੀ ਤੋਂ ਡਰਿਆ ਰਹਿੰਦਾ ਡਰਨਾ ਤੇ ਪੈਂਦਾ ਹੀ ਹੈ ਜਿਹੜੇ ਅਸੀਂ ਕੋਠੇ ਪਾਏ ਨੇ ਇਹ ਜ਼ਮੀਨ ਵੀ ਚੌਧਰੀ ਦੀ ਹੈ ਪਰ ਮਾਸਟਰ ਸਾਹਿਬ ਤੇ ਕਹਿੰਦੇ ਨੇ ਇਹ ਸਾਰੀ ਜ਼ਮੀਨ ਅੱਲਾ ਦੀ ਹੈ ਜ਼ਮੀਨ ਤੇ ਅੱਲਾ ਹੀ ਦੀ ਹੈ ਪੁੱਤਰ ਪਰ ਇਹਦਾ ਮਾਲਕ ਤੇ ਚੌਧਰੀ ਦੀਵਾਨ ਖਾਨ ਹੈ ਉਹ ਮੂੰਹੋਂ ਨਹੀਂ ਕਹਿੰਦਾ ਪਰ ਮੈਨੂੰ ਪਤਾ ਹੈ ਕੰਮਿਆਂ ਦੇ ਬਾਲਾਂ ਦਾ ਸਕੂਲੇ ਜਾਣਾ ਉਹਨੂੰ ਚੰਗਾ ਨਹੀਂ ਲੱਗਦਾ ਤੇ ਫਿਰ ਇਹ ਪਿੰਡ ਦਾ ਸਕੂਲ ਕਾਹਦੇ ਲਈ ਬਣਿਆ ਇਹ ਤੇ ਆਪਣੇ ਆਪਣੇ ਲੇਖ ਦੀ ਗੱਲ ਹੈ ਪੁੱਤਰ ਚੌਧਰੀ ਵੈਸੇ ਭੈੜਾ ਬੰਦਾ ਨਹੀਂ ਤੈਨੂੰ ਯਾਦ ਨਹੀਂ ਪਿਛਲੇ ਸਾਉਣ ਕਿੰਨਾ ਮੀਂਹ ਵਰਸਿਆ ਸੀ ਤੇ ਸਾਡੇ ਕੋਠੇ ਡਿੱਗ ਪਏ ਸਨ ਉਦੋਂ ਚੌਧਰੀ ਨੇ ਤੇਰੇ ਬਾਬੇ ਨੂੰ ਕੋਠਾ ਬਣਾਉਣ ਲਈ 8000 ਰੁਪਇਆ ਦਿੱਤਾ ਸੀ ਅੱਲਾ ਵਾਸਤੇ ਤੇ ਨਹੀਂ ਸੀ ਨਾ ਦਿੱਤਾ ਅੱਬੇ ਉਧਾਰ ਕਰਕੇ ਆਉਂਦਾ ਸੀ ਪੁੱਤਰ ਉਧਾਰ ਹੀ ਸਹੀ ਪਰ ਸਾਡੇ ਜੇ ਗਰੀਬਾਂ ਨੂੰ ਐਡੀ ਵੱਡੀ ਰਕਮ ਕੌਣ ਦਿੰਦਾ ਅਜੇ ਤੇ ਤੇਰੇ ਬਾਬੇ ਨੇ ਉਹ ਰਕਮ ਵੀ ਲਾਣੀ ਹੈ ਤਾਂ ਹੀ ਤੇ ਤੇਰਾ ਬਾਬਾ ਭਾਂਡੇ ਵੀ ਕਰਦਾ ਤੇ ਚੌਧਰੀ ਦੇ ਅਸਤਬਲੀ ਚ ਨੌਕਰੀ ਵੀ ਕਰਦਾ ਯਾਰ ਹੁਣ ਬੱਸ ਵੀ ਕਰ ਚੱਲ ਚਲੀਏ ਟੋਲ ਦਾ ਨਹਾਉਣ ਯਾਰ ਮੈਨੂੰ ਕੰਮ ਤੇ ਮੁਕਾ ਲੈਂਦੇ ਯਾਰ ਸਕੂਲ ਦਾ ਕੰਮ ਤੇ ਤੂੰ ਅੱਧੀ ਛੁੱਟੀ ਲੈ ਕਰ ਲਿਆ ਸੀ ਹੋਰ ਬਾਕੀ ਕਿਹੜਾ ਕੰਮ ਰਹਿ ਗਿਆ ਯਾਰ ਅੱਲਾ ਯਾਰ ਮਾਸਟਰ ਸਾਹਿਬ ਕਹਿ ਰਹੇ ਸੀ ਕਿ ਜਿਹੜਾ ਕੰਮ ਮੈਂ ਤੈਨੂੰ ਦਾ ਨਾ ਉਹਨੂੰ ਚੰਗੀ ਤਰ੍ਹਾਂ ਯਾਦ ਕਰਿਆ ਕਰ ਯਾਰ ਆ ਕੇ ਪਾ ਲੈ ਯਾਰ ਨੀ ਤੂੰ ਮੇਰਾ ਯਾਰ ਇੱਕੋ ਇੱਕ ਤਾਂ ਤੂੰ ਮੇਰਾ ਯਾਰ ਹੈ ਸਾਰੇ ਪਿੰਡ ਚ ਤਦੇ ਤੇ ਕਹਿੰਦਾ ਨਾ ਆਪਣੇ ਯਾਰ ਦੀ ਗੱਲ ਮੰਨ ਲੈ ਮੈਨੂੰ ਪੜ੍ਹਨ ਦੇ ਯਾਰ ਪਿੰਡ ਤੇ ਕਿਤਾਬਾਂ ਦਾ ਇਸ਼ੂ ਹੋਇਆ ਮੈਂ ਚੱਲਿਆ ਟੂਬਲ ਦੇ ਨਹਾਉਣ ਤੇਰੇ ਸਾਰੀ ਹਯਾਤੀ ਕੰਮ ਇੱਕੋ ਕੀਤਾ ਯਾਰ ਤੇਰੇ ਤੋਂ ਕਿਹੜੀ ਗਿੱਦੜ ਸਿੰਘੀ ਹੈ ਹਰ ਮੈਦਾਨ ਤੇਰਾ ਹੀ ਹੁੰਦਾ ਹੈ ਜਾਨੀ ਹੈ ਮੈਂ ਤੇਰੇ ਵਾਂਗੂ ਸਕੂਲ ਕਾਲਜਾਂ ਚ ਨਹੀਂ ਪੜਿਆ ਪਰ ਤਜਰਬਾ ਵੀ ਕੋਈ ਸ਼ੈ ਹੁੰਦੀ ਹੈ ਜਿਹੜਾ ਤੇਰੇ ਯਾਰ ਕੋਲ ਬਹੁਤ ਹੈ ਚਾਰ ਜਮਾਤਾਂ ਪੜਿਆ ਹੁੰਦਾ ਪਤਾ ਨਹੀਂ ਕੀ ਸ਼ੈ ਹੁੰਦਾ ਪੜਿਆ ਲਿਖਿਆ ਹੁੰਦਾ ਮੇਰੇ ਮਰਹੂਮ ਪਿਓ ਨੇ ਬੜਾ ਜ਼ੋਰ ਲਾਇਆ ਕਿ ਮੈਂ ਲਿਖ ਪੜ ਜਾਵਾਂ ਪਰ ਯਾਰ ਮੇਰਾ ਇਸ ਪਾਸੇ ਵੱਲ ਦਿਮਾਗ ਹੀ ਨਹੀਂ ਚੱਲਿਆ ਯਾਰ ਚੌਧਰੀ ਦੀਵਾਨ ਤਾਲੀਮ ਇੱਕ ਪੌੜੀ ਜ਼ਰੂਰ ਹੈ ਮਾਂ ਪਿਓ ਦਾ ਲਾਡਲਾ ਪੁੱਤਰ ਸਾਂ ਪਿਓ ਮਰਦਿਆਂ ਹੀ ਐ ਸਾਰੀ ਜਾਇਦਾਦ ਮੇਰੇ ਨਾਂ ਲੱਗ ਗਈ ਯਾਰ ਕਾਸਮ ਤੂੰ ਕਹਿੰਦਾ ਵੀ ਤਾਲੀਮ ਇੱਕ ਪੌੜੀ ਹੁੰਦੀ ਹੈ ਪਰ ਮੈਂ ਇਹ ਕਹਿੰਦਾ ਕਿ 100 ਪੌੜੀਆਂ ਦੀ ਇੱਕ ਪੌੜੀ ਪੈਸਾ ਹੈ ਜਿਹੜਾ ਤੇਰੇ ਯਾਰ ਕੋਲ ਮੁਕਾਇਆ ਵੀ ਨਹੀਂ ਮੁੱਕਦਾ ਫਰਜ਼ ਕਰ ਜੇ ਪੌੜੀ ਤੇਰੇ ਕੋਲੋਂ ਖੁਸ ਜਾਏ ਤੇ ਫਿਰ ਨਾ ਮੈਂ ਬੇਵਕੂਫਾਂ ਨੂੰ ਕਦੇ ਫਰਜ਼ ਹੀ ਨਹੀਂ ਕੀਤਾ ਉਹ ਜੋ ਕਰਨਾ ਹੁੰਦਾ ਕਰ ਜਾਈਦਾ ਤੇ ਨਾਲੇ ਫਰਜ਼ ਕਰਨਾ ਕਮਜ਼ੋਰ ਲੋਕਾਂ ਦਾ ਕੰਮ ਹੁੰਦਾ ਹੈ ਮਾਸਟਰ ਸਾਹਿਬ ਕਹਿ ਰਹੇ ਸੀ ਕਿ ਜੇ ਤੂੰ ਵਜ਼ੀਫੇ ਦੇ ਇਮਤਿਹਾਨ ਚ ਪਾਸ ਹੋ ਗਿਆ ਨਾ ਤੇ ਉਹਦੀ ਪੜ੍ਹਾਈ ਮੁਫ਼ਤ ਹੋਏਗੀ ਪੁੱਤਰ ਵਜ਼ੀਫਾ ਮਿਲ ਵੀ ਜਾਏ ਵਜ਼ੀਫਾ ਮਿਲ ਵੀ ਜਾਏ ਤੇ ਹੋਰ ਖਰਚੇ ਥੋੜੇ ਨੇ ਨਾਲੇ ਜਾਮੂ ਤੂੰ ਇਹ ਸੋਚ ਕੇ ਵੀ ਮੈਂ ਤੈਨੂੰ ਕਦੋਂ ਤੀਕਰ ਪੜ੍ਹਾ ਸਕਣਾ ਇਹ ਪੜ੍ਹਾਈ ਦਾ ਫਰੰਡਾ ਤੇ ਬੜਾ ਹੀ ਲੰਮਾ ਹੁੰਦਾ ਤੇ ਮੁੱਕਦਾ ਹੀ ਨਹੀਂ ਤੇ ਫਿਰ ਅਜੇ ਤੇ ਤੂੰ ਮਸਾਂ ਮਾਰ ਕੇ 5ਵੀਂ ਚੜ੍ਹਿਆ ਪੁੱਤਰ
ਪੁੱਤਰ ਦੀ ਪੂਰੀ ਗੱਲ ਤੇ ਸੁਣ ਲੈ। ਤੈਨੂੰ ਤੇ ਪਤਾ ਹੀ ਹੈ ਬਈ ਸਾਲ ਦੇ ਕਾਰੇ ਤੇ ਚੌਧਰੀ ਕੋਲੋਂ ਰਕਮ ਉਧਾਰ ਲਈ ਸੀ। ਸਾਲ ਮੁੱਕ ਗਿਆ ਤੇ ਮੇਰੇ ਕੋਲੋਂ ਤੇ 2000 ਰੁਪਈਆ ਜਮ੍ਹਾਂ ਨਹੀਂ ਹੋਇਆ। ਕੰਮ ਸਿੱਖ ਲੈ ਪੁੱਤਰ, ਮੇਰਾ ਭਾਰ ਵੰਡਾ, ਮੇਰਾ ਪੁੱਤਰ ਮੇਰਾ ਭਾਰ ਵੰਡਾ। ਪੁੱਤਰ ਤੇਰਾ ਬਾ ਠੀਕ ਕਹਿੰਦਾ, ਸਾਡੇ ਨਸੀਬਾਂ ਚ ਪੜਾਈਆਂ ਕਿੱਥੇ। ਦੀਨੂ ਤੂੰ ਜਾਮੂ ਨੂੰ ਲੈ ਕੇ ਚੌਧਰੀ ਦੇ ਕੋਲ ਜਾ, ਖਰੇ ਉਹਨੂੰ ਤਰਸੀ ਆ ਜਾਵੇ। ਸਲਾਹ ਤਾਂ ਸ਼ਾਨੂੰ ਤੂੰ ਠੀਕ ਹੀ ਦਿੱਤੀ ਜਾਮੂ। ਯਾਰ ਆ ਚੌਧਰੀ ਕੋਲ ਚੱਲਦੇ ਆ ਤੇ ਕੋਈ ਤੇਰੀ ਪੜ੍ਹਾਈ ਦਾ ਤਰਲਾ ਪਾਉਂਦੇ ਆ, ਖਬਰੇ ਉਹ ਮੰਨ ਹੀ ਜਾਵੇ। ਅੰਮੀ ਦੁਆ ਕਰੀ। ਅੱਛਾ ਆ ਜਾ ਮੇਰੇ ਪੁੱਤਰ। ਵਾਲੇਕੁਮ ਅਸਲਾਮ। ਆ ਬਈ ਦੀਨੂੰ ਕਿਵੇਂ ਆਇਆ? ਉਹ ਚੌਧਰੀ ਜੀ ਮੈਂ ਕੁਛ ਮੁਹਲਤ ਮੰਗਣ ਆਇਆ ਸਾਂ ਜੀ ਤੁਹਾਡੇ ਕੋਲ। ਮੁਹਲਤ? ਕਾਹਦੀ ਮੁਹਲਤ? ਉਹ ਜੀ ਮੈਂ ਉਹ ਰਕਮ ਉਧਾਰ ਲਈ ਸੀ ਨਾ ਜੀ ਤੁਹਾਡੇ ਕੋਲੋਂ। ਤੇ ਫੇਰ ਜੀ ਮਾਈ ਬਾਪ ਅੱਲਾ ਦੀਆਂ ਰਹਿਮਤਾਂ ਨੇ ਜੀ ਤੁਹਾਡੇ ਤੇ ਜੀ। ਨਾਲੇ ਵੇਖਣੋ ਵਗਦੇ ਦਰਿਆ ਚ ਕੋਈ ਬੁੱਕ ਪਾਣੀ ਦਾ ਭਰ ਲਏ ਤੇ ਕੋਈ ਫਰਕ ਤੇ ਨਹੀਂ ਨਾ ਪੈਂਦਾ। ਮੈਂ ਆਇਆ ਸਾਂ ਜੀ ਵੀ ਮੈਂ ਕੋਈ ਸਾਲ ਦੋ ਸਾਲ ਹੋਰ ਪੜ੍ਹ ਨਹੀਂ ਸਕਦਾ ਜੀ। ਅੱਛਾ ਅੱਛਾ, ਚੱਲ ਕੋਈ ਗੱਲ ਨਹੀਂ, ਜਦੋਂ ਤੇਰੇ ਕੋਲ ਹੋਣਗੇ ਦੇ ਜੀ। ਚੌਧਰੀ ਜੀ ਅੱਲਾ ਤੋਂ ਬਾਅਦ ਲੱਖ ਇਹਸਾਨ ਨੇ ਜੀ ਤੁਹਾਡੇ ਸਾਡੇ ਗਰੀਬਾਂ ਤੇ। ਇਹ ਜੀ ਜਾਮੂ ਮੇਰਾ ਪੁੱਤਰ ਅੱਗੇ ਪੜ੍ਹਨਾ ਚਾਹੁੰਦਾ ਜੀ। ਮੈਂ ਆਇਆ ਸਾਂ ਬਈ ਇਹਦੀ ਕੋਈ ਪੜ੍ਹਾਈ ਦਾ ਤੁਸੀਂ ਆਰ ਪਾਰ ਕਰੋ ਜੀ ਮਿਹਰਬਾਨੀ ਕਰਕੇ। ਉਹ ਤੈਨੂੰ ਖੁੱਲ ਕੇ ਗੱਲ ਕਰ ਜੀ। ਕਹਿੰਦਾ ਜੀ ਮੈਂ ਵਜ਼ੀਫੇ ਦਾ ਇਮਤਿਹਾਨ ਦੇਣਾ ਜੀ ਸ਼ਹਿਰ ਜਾ ਕੇ। ਅੱਛਾ, ਇਹ ਤੇ ਬੜੀ ਚੰਗੀ ਗੱਲ ਹੈ ਜੀ। ਨੌਕਰ ਹੈ ਚੌਧਰੀ ਜੀ ਤੁਹਾਡਾ, ਵੱਡਾ ਹੋ ਕੇ ਵੀ ਨੌਕਰਾਂ ਦਾ ਨੌਕਰ ਹੀ ਰਹੇਗਾ ਜੀ। ਵੇਖਿਆ ਜੀ ਕਿੱਡਾ ਲਾਇਕ ਮੁੰਡਾ। ਹਾਂ ਯਾਰ, ਇਹੋ ਜਿਹੇ ਬੱਚਿਆਂ ਦੀ ਹੌਸਲਾ ਅਫਜ਼ਾਈ ਹੋਣੀ ਚਾਹੀਦੀ। ਆਵੇ ਪੁੱਤਰ, ਕਦੋਂ ਤੇਰਾ ਵਜ਼ੀਫੇ ਦਾ ਇਮਤਿਹਾਨ ਜੀ? 8 ਦਿਨਾਂ ਬਾਅਦ। ਮੈਂ ਬੜੀ ਚੰਗੀ ਤਰ੍ਹਾਂ ਤਿਆਰੀ ਕੀਤੀ ਹੈ ਬਈ। ਸ਼ਾਬਾਸ਼ ਲਾਵੀ ਕਾਸਮ, ਤੂੰ ਇੰਜ ਕਰੀ ਨਾ, ਤੂੰ ਇਹਨੂੰ ਜਾਂਦਾ ਨਾਲ ਲੈ ਜੇ ਤੇ ਵਜ਼ੀਫੇ ਦਾ ਇਮਤਿਹਾਨ ਦਵਾ ਕੇ ਤੇ ਇਹਨੂੰ ਵਾਪਸ ਲੈ ਆਈ। ਹਾਂ ਠੀਕ ਹੈ, ਲੈ ਜਾਵਾਂ। ਹਾਂ ਲਵੀ ਦੀਨੋ ਜੀ, ਤੂੰ ਇਸ ਤਰ੍ਹਾਂ ਕਰ, ਤੂੰ ਹੁਣ ਜਾ ਤੇ ਵੱਡੇ ਵੇਲੇ ਸਵੇਰੇ ਪੁੱਤਰ ਨੂੰ ਕਰ ਲਈ। ਚੌਧਰੀ ਜੀ ਤੁਹਾਡਾ ਇਕਬਾਲ ਬੁਲੰਦ ਕਰੇ ਜੀ, ਮੇਰਾ ਰੂਹਾਂ ਰੂਹਾਂ ਤੁਹਾਨੂੰ ਦੁਆਵਾਂ ਦੇਗਾ। ਉਹ ਪੁੱਤਰ ਚੌਧਰੀ ਹੋਰ ਸਲਾਮ ਕਰ ਪੁੱਤਰ। ਵਾਲੇਕੁਮ ਅਸਲਾਮ। ਅੱਛਾ ਚੌਧਰੀ ਜੀ ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਵਜ਼ੀਫੇ ਦਾ ਇਮਤਿਹਾਨ ਹੈ ਕੀ ਮਤਲਬ? ਮਤਲਬ ਕੀ ਹੋਣਾ? ਜੇ ਇਹੋ ਜਿਹੇ ਕਮੀਆਂ ਦੇ ਪੁੱਤਰ ਪੜ੍ਹ ਲਿਖ ਗਏ ਤਾਂ ਸਾਡੇ ਲੋਕਾਂ ਨੂੰ ਕੌਣ ਸਲਾਮ ਕਰੇਗਾ? ਬੰਦੋਬਸਤ ਪੱਕੇ ਪੱਕੇ ਕਰ ਲੈ। ਆਹੋ ਤੂੰ ਇਸ ਤਰ੍ਹਾਂ ਕਰੀ ਨਾ, ਇਹਨੂੰ ਨਾਲ ਲੈ ਜਾ ਠੀਕ ਹੈ, ਤੇ 2-4 ਦਿਨ ਅਸਤਬਲੇ ਚ ਘੋੜਿਆਂ ਦੀ ਮਾਲਿਸ਼ ਕਰਾ ਇਹਦੇ ਕੋਲੋਂ। ਅੱਛਾ, ਇਹ ਆਪੇ ਸਿੱਧਾ ਹੋ ਜਾਏਗਾ। ਜਿਵੇਂ ਯਾਰ ਦਾ ਹੋਊਗਾ। ਰੱਬ ਸੋਹਣਾ ਵਸੀਲਾ ਬਣਾਉਣ ਤੇ ਆਵੇ ਸ਼ਾਨੋ ਤੇ ਝੱਟ ਨਹੀਂ ਲੱਗਦਾ। ਅੱਜ ਜਾਮੂ ਨੂੰ ਗਏ ਪੂਰੇ 8 ਦਿਨ ਹੋ ਗਏ ਨੇ। ਸ਼ਰੀਕ ਤੇ ਐਵੇਂ ਹੀ ਗੱਲਾਂ ਕਰਦੇ ਸਨ ਸ਼ਾਨੋ। ਇਹ ਚੌਧਰੀ ਤੇ ਬੜਾ ਹੀ ਚੰਗਾ ਬੰਦਾ ਨਿਕਲਿਆ, ਸਾਡੀ ਤਾਂ ਉਹਨੇ ਬਾਂਹ ਫੜੀ। ਤੇ ਹੋਰ ਜਾਮੂ ਦਾ ਧਾਨ ਸ਼ੁਰੂ ਹੋ ਗਿਆ ਹੁਣ। ਤੂੰ ਕਿ 17 ਦਿਨ ਦਾ ਪ੍ਰਾਹੁਣਾ ਬਣ ਕੇ ਲੇਟਿਆ, ਘੋੜਿਆਂ ਨੂੰ ਖਰਖਰਾ ਕਰ। ਮੈਂ ਉਸ ਕੰਮ ਲਈ ਸ਼ਹਿਰ ਨਹੀਂ ਆਇਆ। ਨਹੀਂ ਤੇ ਹੋਰ ਤੂੰ ਗੰਨੇ ਚੁੱਪਣਾ? ਵੱਡਾ ਲਾਰ ਸਾਹਿਬ ਵੇਖੋ,
ਚੌਧਰੀ ਸਾਹਿਬ ਮੈਨੂੰ ਵਜ਼ੀਫੇ ਦਾ ਇਮਤਿਹਾਨ ਦਵਾਉਣ ਲਈ ਇੱਥੇ ਆਉਂਦਾ। ਉਹ ਪਹਿਲੇ ਖਰਖਰੇ ਵਾਲਾ ਵਜ਼ੀਫਾ ਤੇ ਪਾਸ ਕਰ ਲੈ ਬਚੂੰਗੜਿਆ। ਓਹੋ ਬਾਬੇ ਦੇ ਸਾਹਮਣੇ ਚੌਧਰੀ ਸਾਹਿਬ ਮੈਨੂੰ ਪੜ੍ਹਾਈ ਲਈ ਇੱਥੇ ਆਉਂਦਾ। ਓਏ ਤੂੰ ਭੋਲਾ ਭੋਲਾ, ਤੇਰੇ ਅੱਬੇ ਨੇ ਤੇ ਚੋਈ ਸਾਹਿਬ ਨੂੰ ਕਿਹਾ ਕਿ ਜਾਮੂ ਕੰਮ ਨੀ ਕਰਦਾ, ਇਹਨੂੰ ਸ਼ਹਿਰ ਵਾਲੇ ਇਸਤਬਲ ਚ ਨੌਕਰ ਬਣਾ ਦਿਓ। ਮੇਰੇ ਅੱਬੇ ਕਿਹਾ? ਆਹੋ ਤੇਰੇ ਅੱਬੇ ਨੇ ਤੈਨੂੰ ਹਮੇਸ਼ਾ ਲਈ ਇਸ ਇਸਤਬਲ ਵਿਚ ਨੌਕਰ ਕਰਾ ਦਿੱਤਾ। ਉੱਠ ਤੇ ਸ਼ੁਰੂ ਹੋ ਜਾ ਸ਼ਾਬਾਸ਼। ਤੇ ਸੁਣ, ਇਥੋਂ ਨੱਸਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਤੇ ਨਾ ਕੌਣ? ਉਹ ਬੱਚਾ ਜਮੂਰਾ, ਉਹ ਕਾਕਾ ਬੱਲੀ, ਉਹ ਕੌਣ ਹੈ? ਤੂੰ ਕਿੱਥੋਂ ਆ? ਘਰੋਂ ਤਾਂ ਨਹੀਂ ਦੱਸਿਆ? ਨਹੀਂ। ਤੇ ਫਿਰ ਇੱਥੇ ਕਿਉਂ ਸੁੱਤਾ ਹੈ? ਘਰ ਕਿੱਥੇ? ਮੇਰਾ ਕੋਈ ਘਰ ਨਹੀਂ। ਮਾਪੇ? ਘਰ ਵੀ ਕੋਈ ਨਹੀਂ ਤੇ ਮਾਪੇ ਵੀ ਕੋਈ ਨਹੀਂ, ਆਇਆ ਕਿੱਥੋਂ? ਉਹ ਮੈਂ ਉਦੋਂ ਨੌਕਰ ਸਾਂ ਸ਼ੇਖ ਸਾਹਿਬ ਕੋਲ। ਕਿਹੜੇ ਸ਼ੇਖ ਸਾਹਿਬ? ਕਿੱਥੇ ਰਹਿੰਦੇ ਨੇ? ਉੱਥੇ ਸਟੇਸ਼ਨ ਵਾਲੇ ਪੁਲ ਕੋਲ। ਤੇ ਤੂੰ ਨਸਿਆ ਕਿਉਂ? ਤਨਖਾਹ ਵੀ ਨਹੀਂ ਸੀ ਦਿੱਤੇ, ਨਾਲੇ ਮਾਰਦੇ ਵੀ ਸਨ। ਤੂੰ ਝੂਠ ਤਾਂ ਨਹੀਂ ਬੋਲ ਰਿਹਾ? ਓਏ ਓਏ ਓ ਰੋ ਨਾ ਬੱਚਾ, ਓਏ ਅੱਲਾ ਦੀ ਜ਼ਮੀਨ ਬਹੁਤ ਵੱਡੀ ਹੈ, ਤੂੰ ਮੇਰੇ ਕੋਲ ਹੀ ਰਹਿ ਪਾਓ। ਓਏ ਆਹੋ ਮੇਰੇ ਕੋਲ ਰਹਿ ਪਾਓ। ਕੀ ਤੇਰਾ ਵੀ ਅੱਗੇ ਪਿੱਛੇ ਕੋਈ ਨਹੀਂ? ਉਹ ਦੋ ਪੁੱਤਰ ਨੇ ਹੋਏ, ਆਪਣੇ ਘਰਾਂ ਨੇ ਹੋਏ ਤੇ ਮੈਨੂੰ ਉਹਨਾਂ ਨੇ ਆਪਣੇ ਘਰੋਂ ਬਾਹਰ ਕੱਢ ਦਿੱਤਾ। ਮੈਂ ਸੋਚਿਆ ਜੇ ਜਿਉਣਾ ਹੀ ਹੈ ਤੇ ਕੁਛ ਨਾ ਕੁਛ ਕਰੀਏ, ਟਾਂਗਾ ਲਿਆ ਕਿਰਾਏ ਤੇ ਬਾਹਣ ਲੱਗ ਪਏ। ਤੇਰੇ ਜਿਹਾ ਮੇਰਾ ਇੱਕ ਪੋਤਰਾ ਵੀ, ਮੈਨੂੰ ਬੜਾ ਚੰਗਾ ਲੱਗਦਾ। ਅੱਛਾ ਚੱਲ ਉੱਠ ਤੇ ਓ ਡਲ ਕੇ ਤੁਹਾਡਾ ਹੱਥ ਮੂੰਹ ਧੋ ਲੈ, ਤੂੰ ਰੋਟੀ ਟੁਕਰ ਖਾ ਲਈ ਹੈ, ਉੱਠ ਸ਼ਾਵਾ ਉੱਠ ਸੁਧਾ। ਤੂੰ ਦੱਸਿਆ ਨੀ ਬਾਈ ਤੈਨੂੰ ਕਿਉਂ ਮਾਰਦੇ ਸਨ? ਮੈਨੂੰ ਪੜ੍ਹਨ ਦਾ ਬੜਾ ਸ਼ੌਕ ਸੀ, ਮੈਂ ਚੋਰੀ ਛੁਪੇ ਪੜ੍ਹਦਾ ਸਾਂ। ਉਹ ਚਾਹੁੰਦੇ ਸਨ ਮੈਂ ਹਰ ਵੇਲੇ ਕੰਮ ਵਿੱਚ ਹੀ ਜੁਟਿਆ ਰਵਾਂ। ਅੱਛਾ ਤੈਨੂੰ ਪੜ੍ਹਨ ਦਾ ਸ਼ੌਕ ਸੀ, ਇਹ ਕਿਹਦੇ ਕੋਲ ਪੜ੍ਹਦਾ ਰਹੇ? ਮਾਸਟਰ ਸਾਹਿਬ ਕੋਲ। ਮਾਸਟਰ ਸਾਹਿਬ ਕੋਲ? ਉਹ ਗੁਆਂਢ ਇੱਕ ਮਾਸਟਰ ਸਾਹਿਬ ਰਹਿੰਦੇ ਸਨ, ਮੈਂ ਦੁਪਹਿਰੇ ਲਈ ਉਹਨਾਂ ਕੋਲ ਚਲਾ ਜਾਂਦਾ ਸਾਂ। ਕਿੰਨਾ ਕੁ ਪੜ੍ਹਿਆ? ਮੈਂ ਪੰਜਵੀਂ ਦੀਆਂ ਸਾਰੀਆਂ ਕਿਤਾਬਾਂ ਮੈਨੂੰ ਆਉਂਦੀਆਂ ਨੇ। ਸ਼ਾਬਾ ਬਈ ਸ਼ਾਬਾ, ਫਿਰ ਤੇ ਬੜੀਆਂ ਹਿੰਮਤਾਂ ਹਨ, ਅੱਗੇ ਪੜ੍ਹੇਗਾ? ਕੌਣ ਪੜ੍ਹਾਏਗਾ? ਮੈਂ, ਹੋਰ ਕੌਣ? ਤੂੰ? ਉਹ ਮੈਂ ਤੇ ਚਿੱਟਾ ਅਨਪੜ੍ਹ ਤੈਨੂੰ ਸਕੂਲੇ ਪਾ ਦਿਆਂਗਾ। ਮੈਂ ਤੇਰੇ ਸਾਰੇ ਕੰਮ ਕਰ ਦਿਆ ਕਰਾਂਗਾ, ਮੇਰੇ ਕੋਲ ਤੇ ਕਿਤਾਬਾਂ ਤੇ ਕੱਪੜੇ ਵੀ ਕੋਈ ਨਹੀਂ। ਓਏ ਕਿਤਾਬਾਂ ਵੀ ਆ ਜਾਣਗੀਆਂ ਤੇ ਕੱਪੜੇ ਵੀ, ਜਿੱਥੇ ਅੱਗੇ ਦੋ ਪੁੱਤਰਾਂ ਨੂੰ ਪੜਾਇਆ ਤੀਜਾ ਤੂੰ ਸਹੀ ਹੈ।
ਤੈਨੂੰ ਕਿੰਨੀ ਵਾਰੀ ਕਿਹਾ ਕਿ ਸਵੇਰੇ ਸਵੇਰੇ ਪੜ ਲਿਆ ਕਰ, ਤੇ ਲਾਲ ਟੈਨ ਦੀ ਲੋਚ ਅੱਖਾਂ ਖਰਾਬ ਹੋ ਜਾਂਦੀਆਂ। ਨਹੀਂ ਹੁੰਦੀਆਂ ਬਾਬਾ, ਮੇਰੀਆਂ ਅੱਖਾਂ ਵਿਚ ਤੇ ਤੇਰੇ ਪਿਆਰ ਦੀ ਲੋਚ। ਓਏ ਅੱਲਾ ਫੜ, ਤੇਰੇ ਲਈ ਨਵਾਂ ਜੋੜਾ ਲਿਆਂਦਾ। ਇਹਦੀ ਕੀ ਲੋੜ ਸੀ? ਓ ਬੱਚਿਆ, ਰੋਜ਼ ਰੋਜ਼ ਇੱਕੋ ਜੋੜਾ ਤਾਂ ਨਹੀਂ ਨਾ ਚੰਗਾ ਲੱਗਦਾ। ਰੋਟੀ ਲਿਆਵਾ। ਤੈਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਆਪਣਾ ਕੰਮ ਆਪ ਕਰਿਆ ਕਰ, ਤੇ ਮੈਨੂੰ ਮੇਰਾ ਕੰਮ ਆਪੇ ਕਰਨ ਦਿਆ ਕਰ। ਇਹ ਵੀ ਤੇ ਮੇਰਾ ਹੀ ਕੰਮ ਹੈ ਬਾਬਾ। ਚੱਲ ਹੱਥੋਂ ਲੈ ਤੇਰੇ ਵਾਸਤੇ ਗਰਮ ਗਰਮ ਰੋਟੀ ਲਿਆਵਾ। ਇਹ ਖੋਖੇ ਵਾਲਿਆਂ ਨੇ ਖੱਤ ਦਿੱਤਾ ਤੇਰੇ ਨਾਲ, ਕਿੱਥੋਂ ਆਇਆ? ਉਹ ਸਟੇਸ਼ਨ ਵਾਲੇ ਪੁਲ ਕੋਲ ਮੇਰਾ ਇੱਕ ਯਾਰ ਰਹਿੰਦਾ ਸੀ ਕੁਹਾੜ ਦਾ, ਉਹ ਫਿਰ ਕੁਹਾੜ ਤੁਰ ਗਿਆ। ਉਹਨੂੰ ਮੈਂ ਖੱਤ ਪਾਇਆ ਸੀ, ਉਸੇ ਦਾ ਜਵਾਬ ਆਇਆ ਉਹਨੇ। ਪੜ੍ਹਿਆ ਲਿਖਿਆ ਦੀਆਂ ਵਾਹਵਾ ਮੌਜਾਂ ਨੇ, ਜਿਹਨੂੰ ਮਰਦੀ ਖੱਤ ਲਿਖਦੇ ਹੋ। ਸਾਡੇ ਜਿਹਾ ਚਿੱਟੇ ਅਨਪੜ੍ਹ ਕਿਸੇ ਦਾ ਪਤਾ ਵੀ ਨੀ ਲਿਖ ਪੜ ਸਕਦੇ। ਤੇਰੇ ਯਾਰ ਦਾ ਨਾਂ ਕੀ? ਅੱਲਾ ਯਾਰ। ਤੇ ਖੱਤ ਜੇਬ ਚ ਪਾ ਲਏ ਪੜ੍ਹਿਆ ਨੀ? ਖੱਤ? ਹਾਂ ਖੱਤ ਪੜ੍ਹ ਲਾਂਗਾ, ਪਹਿਲੇ ਤੈਨੂੰ ਰੋਟੀ ਤੇ ਖਵਾ ਲਾ, ਰੋਟੀ ਲਿਆਵਾ। ਬਸ ਆ ਭਾਈ ਆ ਬਸ, ਅੱਜ ਬੜੀਆਂ ਦੂਰ ਦੀਆਂ ਸਵਾਰੀਆਂ ਲੱਭ ਗਈਆਂ ਸੀ ਯਾਰ, ਪੈਸੇ ਵਾਹ ਵਾਹ ਲੱਭ ਗਏ। ਮੈਂ ਤੇ ਭਾਈਆ ਥੱਕਿਆ, ਮੈਨੂੰ ਤੇ ਆ ਗਈ ਨੀਂਦ, ਮੈਂ ਸੌਂ ਲੱਗਾ। ਤੂੰ ਵੀ ਸੌਂ ਜਾ, ਸਵੇਰੇ ਸਵੇਰੇ ਸਕੂਲੇ ਵੀ ਜਾਣਾ। ਤੇਰੇ ਜਾਣ ਤੋਂ ਕੁਝ ਦਿਨਾਂ ਬਾਅਦ ਪਤਾ ਨੀ ਕੀ ਗੱਲ, ਚੌਧਰੀ ਦੀਵਾਨ ਖਾਨ ਨੇ ਤੇਰੇ ਮਾਪਿਆਂ ਨੂੰ ਪਿੰਡੋਂ ਕੱਟਤਾ। ਉਹ ਤੈਨੂੰ ਲੱਭਣ ਲਈ ਸ਼ਹਿਰ ਚਲੇ ਗਏ ਸਨ। ਇਸ ਗੱਲ ਨੂੰ ਵੀ ਅੱਜ 6 ਮਹੀਨੇ ਹੋ ਗਏ ਨੇ। ਅੱਲਾ ਕਰੇ ਸ਼ਹਿਰ ਵਿੱਚ ਤੇਰੀ ਮਾਪਿਆਂ ਨਾਲ ਮੁਲਾਕਾਤ ਹੋ ਜਾਏ। ਤੇਰਾ ਯਾਰ ਅੱਲਾ ਯਾਰ। ਇੰਨੇ ਵੱਡੇ ਸ਼ਹਿਰ 'ਚ ਉਹਨਾਂ ਨੂੰ ਕਿੱਥੇ ਲੱਭਾਂਗਾ? ਹੋ ਸਕਦਾ ਹੈ ਕਦੀ ਉਹ ਰਾਹ ਵਿੱਚ ਲੱਗ ਜਾਣ। ਇਹ ਗੱਲ ਮੈਂ ਪਾਪੇ ਨੂੰ ਨਹੀਂ ਦੱਸ ਸਕਦਾ, ਉਹ ਕੀ ਕਹੇਗਾ? ਮੈਂ ਉਹਦੇ ਨਾਲ ਝੂਠ ਬੋਲਿਆ। ਬਸ ਬਾਬਾ, ਹੁਣ ਤੂੰ ਟਾਂਗਾ ਨਹੀਂ ਚਲਾਏਗਾ। ਸਾਰੀ ਉਮਰ ਟਾਂਗਾ ਵਾਇਆ, ਹੁਣ ਕੀ ਹੋਇਆ? ਤੇਰੇ ਪੁੱਤਰ ਦੇ ਬੀਏ ਕਰ ਲਿਆ ਬਾਬਾ। ਉਹ ਤੇ ਚੰਗੀ ਗੱਲ ਹੈ, ਪਰ ਬੀਏ ਕਰ ਲੈ ਤਾਂ ਨੌਕਰੀ ਤਾਂ ਨਹੀਂ ਨਾ ਲੱਭ ਜਾਂਦੀ। ਲਓ, ਨੌਕਰੀ ਕੋਈ ਲੱਭਣੀ ਥੋੜਾ ਹੀ ਪੈਣੀ, ਨੌਕਰੀ ਤੇ ਆਪ ਤੁਰ ਕੇ ਤੇਰੇ ਪੁੱਤਰ ਕੋਲ ਆਏਗੀ। ਉਹ ਕਿਸ ਤਰ੍ਹਾਂ? ਬਾਬਾ ਮੈਂ ਸੋਚਿਆ ਮੈਂ ਮੁਕਾਬਲੇ ਦਾ ਇਮਤਿਹਾਨ ਪਾਸ ਕਰਾਂ। ਇਹ ਮੁਕਾਬਲੇ ਦਾ ਕੀ ਹੁੰਦਾ ਹੈ? ਇਹ ਇਮਤਿਹਾਨ ਉਹ ਇਮਤਿਹਾਨ ਹੁੰਦਾ ਜਿਹਨੂੰ ਪਾਸ ਕਰਕੇ ਬੰਦਾ ਬਹੁਤ ਵੱਡਾ ਅਫਸਰ ਬਣ ਜਾਂਦਾ। ਬਸ ਬਾਬਾ, ਹੁਣ ਤੂੰ ਕੰਮ ਨਹੀਂ ਕਰੇਗਾ, ਹੁਣ ਮੇਰਾ ਪੈਂਡਾ ਸ਼ੁਰੂ ਹੋ ਗਿਆ। ਮੈਨੂੰ ਕੁਝ ਟਿਊਸ਼ਨ ਵੀ ਲੱਭ ਗਈਆਂ, ਨਾਲ ਨਾਲ ਇਨਸ਼ਾ ਅੱਲਾ CSS ਦੀ ਤਿਆਰੀ ਵੀ ਕਰਾਂਗਾ। ba 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 ha ha
ਨੌਕਰੀ ਕਰੀ ਜਾਣਾ। ਬਾਬਾ ਬਾਬਾ ਤੇਰਾ ਪੁੱਤਰ CSSM ਦੇ ਅੰਦਰ ਪਾਸ ਹੋ ਗਿਆ। ਕਿਹਦੇ ਚ ਪਾਸ ਹੋ ਗਿਆ ਬਾਬਾ? ਬਹੁਤ ਤੇਰੀਆਂ ਫਾਰਸੀਆਂ ਮੇਰੀ ਸਮਝ ਨਹੀਂ ਆਉਂਦੀਆਂ। ਬਾਬਾ ਮੈਂ ਮੁਕਾਬਲੇ ਦੇ ਇਮਤਿਹਾਨ ਚ ਪਾਸ ਹੋ ਗਿਆ ਬਾਬਾ। ਸ਼ੁਕਰ ਯਾ ਰੱਬ ਆਲਮੀਨ, ਮੈਂ ਇਹੋ ਹੀ ਦੁਆ ਪਿਆ ਕਰਦਾ ਸਾਂ ਕਿ ਯਾ ਅੱਲਾ ਪਾਕ ਮੇਰੇ ਬੱਚੇ ਦੀ ਜ਼ਿੰਦਗੀ ਭਰ ਦੀ ਉਮੀਦ ਪੂਰੀ ਕਰ ਦੇ। ਇਹ ਮੇਰੀ ਨਹੀਂ ਬਾਬਾ, ਤੇਰੀ ਕਾਮਯਾਬੀ। ਰੋ ਕਿਉਂ ਪਏ? ਮੋਏ ਮਾਪੇ ਯਾਦ ਆ ਗਏ ਨੇ। ਮੈਨੂੰ ਮਾਫ ਕਰੀ ਬਾਬਾ, ਮੈਂ ਹਮੇਸ਼ਾ ਤੇਰੇ ਨਾਲ ਝੂਠ ਬੋਲੇ। ਮੇਰੇ ਮਾਪੇ ਮੋਏ ਨਹੀਂ, ਜਿਉਂਦੇ ਨੇ। ਜਿਉਂਦੇ ਨੇ? ਕਿੱਥੇ ਨੇ? ਤੇ ਮੈਨੂੰ ਵੀ ਨਹੀਂ ਪਤਾ ਬਾਬਾ। ਕੋਈ ਗੱਲ ਨਹੀਂ, ਉਹਦੀ ਜ਼ਾਤ ਗਫੂਰ ਤੇ ਰਹੀਮ ਹੈ। ਉਹ ਤੇ ਯਕੂਬ ਨੂੰ ਯੂਸਫ ਨਾਲ ਮਿਲਾਉਣ ਵਾਲਾ। ਤੇਰੇ ਮਾਪੇ ਵੀ ਕਦੇ ਤੇਰੇ ਨਾਲ ਜ਼ਰੂਰ ਮਿਲਣਗੇ। ਚੰਗਾ ਬਾਬਾ ਜੀ, ਖੁਦਾ ਹਾਫਿਜ਼। ਹਰ ਇੱਕ ਬਾਲ ਖਾਤੋਂ ਆਏ ਨਾ ਤੁਹਾਨੂੰ ਮਿਲਣਾ ਚਾਹੁੰਦੇ ਨੇ, ਇਹ ਉਹਨਾਂ ਦਾ ਕਾਰਡ ਹੈ। ਸਲਾਮ ਜੀ, ਬੈਠੋ। ਥੈਂਕ ਯੂ ਜੀ। ਮੈਂ ਹਫ਼ਤੇ ਰੋਜ਼ ਆਪ ਸ਼ਾਮਲੋਂ ਹਾਜ਼ਰ ਹੋਈ ਹਾਂ ਜੀ। ਮੈਂ ਬੈਰੋਕ੍ਰੇਸੀ ਤੇ ਇੱਕ ਫੀਚਰ ਲਿਖ ਰਹੀ ਹਾਂ ਜਿਹਦਾ ਅਨਵਾਨ ਹੈ ਬੈਰੋਕ੍ਰੇਸੀ ਤੇ ਆਵਾਮ। ਅਗਰ ਤੁਸੀਂ ਕੁਛ ਵਕਤ ਦੇ ਸਕੋ ਤੇ ਜੀ ਜ਼ਰੂਰ। ਤੁਸੀਂ ਇਹ ਦੱਸੋ ਕਿ ਸੋਸਾਇਟੀ ਵਿੱਚ ਬੈਰੋਕ੍ਰੇਸੀ ਨੂੰ ਹਮੇਸ਼ਾ ਆਵਾਮ ਤੋਂ ਵੱਖਰੀ ਮਖਲੂਕ ਸਮਝਿਆ ਗਿਆ, ਇਹਦੀ ਵਜ਼ਾਹਤ ਕਰਨਾ ਪਸੰਦ ਕਰੋਗੇ? ਦਰਅਸਲ ਬੈਰੋਕ੍ਰੇਟਸ ਦੇ ਬਾਰੇ ਚ ਆਵਾਮ ਦੀ ਇਹ ਸੋਚ ਵੀ ਹੁਣ ਪੁਰਾਣੀ ਹੋ ਚੁੱਕੀ ਹੈ। ਸਿਵਲ ਸਰਵੈਂਟਸ ਤੇ ਆਵਾਮ ਵਿੱਚ ਹਾਕਮ ਤੇ ਮਹਿਕੂਮ ਦਾ ਰਿਸ਼ਤਾ ਨਹੀਂ, ਅਸੀਂ ਲੋਕ ਤੇ ਬਲਕਿ ਆਵਾਮ ਦੀ ਖਿਦਮਤ ਲਈ ਬੈਠੇ ਹਾਂ। ਮੁਮਕਿਨ ਹੈ, ਹੋ ਸਕਦਾ ਕੁਛ ਸਿਵਲ ਸਰਵੈਂਟਸ ਦਾ ਰਵੱਈਆ ਹਾਕਮਾਨਾ ਹੋਵੇ, ਪਰ ਮੇਰਾ ਜ਼ਾਤੀ ਤਜਰਬਾ ਇਸ ਤੋਂ ਮੁਖਤਲਿਫ ਹੈ। ਅੱਛਾ, ਇਹ ਦੱਸੋ ਕਿ ਬੈਰੋਕ੍ਰੇਸੀ ਬਾਰੇ ਹਾਕਮ ਤੇ ਮਹਿਕੂਮ ਵਾਲੇ ਤਾਸਰ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ? ਇਹ ਕੰਮ ਤੇ ਦੋਵੇਂ ਪਾਸੇ ਹੋਣਾ ਚਾਹੀਦਾ ਜੀ। ਸਿਵਲ ਸਰਵੈਂਟਸ ਨੂੰ ਚਾਹੀਦਾ ਹੈ ਕਿ ਉਹ ਵਾਕਈ ਸਿਵਲ ਸਰਵੈਂਟਸ ਬਣ ਕੇ ਆਵਾਮ ਦੀ ਖਿਦਮਤ ਕਰਨ, ਔਰ ਪ੍ਰੈਸ ਵਾਲਿਆਂ ਨੂੰ ਇਹ ਚਾਹੀਦਾ ਹੈ ਕਿ ਆਵਾਮ ਦੇ ਵਿੱਚ ਬੈਰੋਕ੍ਰੇਟਸ ਦੇ ਬਾਰੇ ਜਿਹੜਾ ਗਲਤ ਤਾਸਰ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ। ਇੱਕ ਹੋਰ ਗੱਲ ਪੁੱਛਣਾ ਚਾਹਾਂਗੀ ਜੀ। ਜੀ ਤੁਸੀਂ ਇਹ ਦੱਸੋ ਕਿ ਐਕਸਕਿਊਜ਼ ਮੀ ਜੀ ਜੀ ਹਾਂ ਅੱਛਾ ਹਾਂ ਮੈਂ ਆ ਰਿਹਾ। ਸੋਰੀ ਮਿਸ ਸ਼ਨਾਜ਼, ਦਰਅਸਲ ਇੱਕ ਪ੍ਰੋਬਲਮ ਹੋ ਗਈ ਜੀ, ਉਹ ਮਿਲ ਆਨਰਸ ਤੇ ਮਜ਼ਦੂਰਾਂ ਦੇ ਦਰਮਿਆਨ ਕਸ਼ੀਦਗੀ ਪੈਦਾ ਹੋ ਗਈ।
ਮੈਨੂੰ ਕਿਤੇ ਜਾਣਾ ਪਏਗਾ। ਇਹ ਤੁਸੀਂ ਮੇਰਾ ਕਾਰਡ ਰੱਖ ਲਓ, ਫਿਰ ਕੰਟੈਕਟ ਕਰ ਲਵਾਂ। ਆਈ ਹੋਪ ਤੁਸੀਂ ਬੁਰਾ ਨਹੀਂ ਮਨਾਇਆ। ਨਹੀਂ ਜੀ, ਬਿਲਕੁਲ। ਥੈਂਕ ਯੂ। ਮੇਰੇ ਅੱਬਾ ਜੀ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੇ। ਤੂੰ ਆਪਣੇ ਡੈਡੀ ਦੀ ਗੱਲ ਕਰ। ਮੇਰੇ ਡੈਡੀ ਛੋਟੀ ਜਿਹੀ ਨੌਕਰੀ ਕਰਦੇ ਨੇ ਤੇ ਵੈਸੇ ਵੀ ਮੇਰੀ ਗੱਲ ਕਦੀ ਨਹੀਂ ਟਾਲਦੇ। ਤੁਹਾਡੀ ਗੱਲ ਕੋਈ ਟਾਲ ਵੀ ਨਹੀਂ ਸਕਦਾ ਜਨਾਬ, ਇਸ ਲਈ ਕਿ ਤੁਸੀਂ ਅਖਬਾਰ ਵਾਲੇ ਹੋ। ਵੀ ਤੁਹਾਡਾ ਕੀ ਹੈ, ਤੁਸੀਂ ਦੂਸਰੇ ਦਿਨ ਫੀਚਰ ਸ਼ਾਇਆ ਕਰ ਦਿਓਗੇ ਜ਼ਾਲਿਮ ਸਮਾਜ ਔਰ ਸ਼ਾਦੀ ਕੇ ਮਸਾਇਲ। ਮੈਂ ਤੁਹਾਨੂੰ ਜਾਣਦਾ ਬਾਬਾ ਜੀ, ਆਓ ਤੁਸੀਂ। ਮੈਂ ਤੇਰੀ ਮਾਂ ਦੀ ਕਿਹੜੀ ਕਿਹੜੀ ਗੱਲ ਦੱਸ। ਅਖੀਰ ਵੇਲੇ ਤੱਕ ਵਿਚਾਰੀ ਤੇਰਾ ਰਾਹ ਤੱਕਦੀ ਰਹੀ। ਇਸ ਤਰ੍ਹਾਂ ਕਹਿੰਦੀ ਸੀ ਕਿ ਮੈਨੂੰ ਇੰਝ ਲੱਗਦਾ ਜਿਵੇਂ ਮੇਰਾ ਪੁੱਤਰ ਐਸੇ ਸ਼ਹਿਰ ਦੇ ਵਿੱਚ ਕਿਤੇ ਮੇਰੇ ਨੇੜੇ ਤਰੇੜੇ ਵਸਦਾ। ਭਾਈਆ, ਪੁੱਤਰ ਭਾਵੇਂ ਕਿਤੇ ਵੀ ਰਹਿਣ, ਉਹਨਾਂ ਦਾ ਅਸਲ ਘਰ ਮਾਵਾਂ ਦਾ ਦਿਲ ਹੀ ਹੁੰਦਾ। ਸ਼ਾਬਾਸ਼ ਭਰਾ ਤੇਰਾ, ਮੇਰੇ ਪੁੱਤਰ ਦੀ ਬਚਪਨ ਦੀ ਸਦਰ ਸੀ ਬਈ, ਇਹ ਲਿਖ ਪੜ੍ਹ ਕੇ ਵੱਡਾ ਬੰਦਾ ਬਣੇਗਾ। ਤੂੰ ਇਹਦੇ ਦਿਲ ਦੀ ਮੁਰਾਦ ਪੂਰੀ ਕਰ ਦਿੱਤੀ, ਅੱਲਾਹ ਤੈਨੂੰ ਖੁਸ਼ ਰੱਖੇ। ਮੁਰਾਦਾਂ ਪੂਰੀਆਂ ਕਰਨ ਵਾਲਾ ਤੇ ਉਹ ਨੀਲੀ ਛਤਰੀ ਵਾਲਾ ਹੈ, ਕਦੀ ਕਦੀ ਮੇਰੇ ਜਿਹਾ ਮਾੜੇ ਬੰਦੇ ਨੂੰ ਵਸੀਲਾ ਬਣਾ ਛੱਡ। ਅੱਬਾ ਜੀ, ਤੁਸੀਂ ਉਹਦੇ ਬਾਅਦ ਪਿੰਡ ਨਹੀਂ ਗਏ? ਪਿੰਡ ਪੁੱਤਰ ਕੀ ਜਾਣਾ ਸੀ, ਮਜ਼ਦੂਰੀ ਕਰਨੀ ਸੀ, ਉੱਥੇ ਨਾ ਸੀ ਇੱਥੇ ਸੀ। ਭਾਈਆ, ਕਿਸੇ ਦਿਨ ਪੁੱਤਰ ਨੂੰ ਨਾਲ ਲੈ ਕੇ ਪਿੰਡ ਤੇ ਜਾ ਤੇ ਉਹ ਚੌਧਰੀ ਦੀਵਾਨ ਨੂੰ ਦੱਸ ਕਿ ਜਿਸ ਬੱਚੇ ਨੂੰ ਤੂੰ ਸਕੂਲੋਂ ਉਠਾ ਕੇ ਅਸਬਲ ਚ ਸੁੱਟ ਦਿੱਤਾ ਸੀ, ਅੱਜ ਉਹ ਅੱਲਾ ਦੀ ਮਿਹਰਬਾਨੀ ਨਾਲ ਕਿੱਡਾ ਵੱਡਾ ਅਫਸਰ ਬਣ ਗਿਆ। ਨਹੀਂ ਭਰਾ, ਇਹੋ ਜਿਹੀਆਂ ਗੱਲਾਂ ਨਹੀਂ ਸੋਚੀ ਦੀ, ਬਸ ਅੱਲਾ ਤੈਨੂੰ ਖੁਸ਼ ਰੱਖੇ। ਇਹ ਸਭ ਰੱਬ ਦੀਆਂ ਮਿਹਰਬਾਨੀਆਂ ਸਨ। ਅਸੀਂ ਜਾ ਕੇ ਹੁਣ ਚੌਧਰੀ ਨੂੰ ਕੀ ਕਹਿਣਾ। ਚਾਹ ਪੀ। ਬੜੇ ਫਰੈਸ਼ ਨਜ਼ਰ ਆ ਰਹੇ ਹੋ, ਕੋਈ ਖਾਸ ਗੱਲ ਹੈ? ਹਾਂ, ਅੱਜ ਮੈਨੂੰ ਗੁਆਚਿਆ ਖਜ਼ਾਨਾ ਲੱਭ ਗਿਆ। ਖਜ਼ਾਨਾ? ਤੇਰੀ ਸਮਝ ਚ ਨਹੀਂ ਆਇਆ, ਮੈਂ ਤੈਨੂੰ ਫੇਰ ਦੱਸਾਂਗਾ। ਇੰਝ ਲੱਗਦਾ ਜਿਵੇਂ ਅਗਲੇ 10 ਸਾਲਾਂ ਤੱਕ ਬੈਚਲਰ ਰਹਿੰਦਾ ਰਹਤਾ ਹੈ ਤੁਹਾਡਾ। ਦਰਅਸਲ ਮੇਰੇ ਬਾਬਾ ਜੀ ਤੇ ਚਾਹੁੰਦੇ ਨੇ ਕਿ ਮੈਂ ਸ਼ਾਦੀ ਕਰ ਲਾਂ, ਪਰ ਕੀ ਪਰ
میں نہیں کر سکتا، میری کچھ مجبوریاں ہیں۔ مجبوریاں؟ کچھ بھی نہیں، میں تمہیں دراصل سرپرائز دینا چاہتا سا۔ سرپرائز؟ میرے ابا جی اج شام نو تواڈے گھر آ رہے ہیں رشتے لئی۔ اج شام نو؟ اج شام نو۔ شناس تے جمشید پتر دیاں بڑیاں تعریفاں کرتی ہے، کہندی کہ اڈے وڈے افسر نے پر بڑی مٹی ہوئی طبیعت دے مالک نے۔ ڈراتے ہیں ساڈا منڈا تے ہیرا ہیرا۔ شناز دے ابے ہوری سانو ہور کچھ نہیں چاہیے، بس ہوں سانو تے ویاہ دی تاریخ دے دیو۔ اسی جمشید پتر دی خوشی لے بڑا لمبا انتظار کیتا۔ ساڈے والوں تے ویاہ دی تاریخ پکی سمجھو۔ السلام علیکم۔ لے وے رابیہ مٹھائی۔ گل صرف لیکھاں دی، کل جس تھان تے میں کھلوتا ہویا سا اج اسی تھان تے توں کھلوتا ہویا۔ کل میں تینوں دتکاریا سی، اج تیری واری ہے۔ کلا چودھری دیوان خان اج ایک میلے چ کام کرن والا معمولی مزدور ہے، تے میں اپنا سب کچھ جوئے تے ریساں چڑا چھڈیا۔ اچھا تے تو چودھری دیوان خان؟ اشکے بھائی اشکے، ہن تے ساڈا ایک منٹ بھی ایتھے بہنا نہیں بنتا۔ قدرت نے عجابے نیا کیتا ہے۔ اٹھو دین ممرا، اٹھ چل چلیے۔ نہیں مراج دینا، نہیں، میں ساری حیاتی مٹی والا کام کیتا ہے، تو میں اج بھی وہی اپنے پنڈ دی مٹی تے مان کرن والا تینوں ہاں۔ اج میرے سامنے میرے پنڈ دا متکبر چودھری دیوان خان نہیں بلکہ میرے جے غریب آدمی کھلوتا۔ اے کلو ہاتھ مار، ساری پچھلیاں بھول گیا۔ نہیں میرے راجدین، دیکھ توں تے میں ساری حیاتی غریبی ویکھی ہے، تینوں نہیں پتا اے غریب دا غریب نال کوئی دشمنی والا رشتہ تے نہیں ہوندا، اے محبت تے درد دی سان ہوندی۔ تے میں محبت تے درد دی سان ہونی توڑنی تے میں نہیں ہو جانا اتھوں۔ دیکھوں نا، میں تے پتہ نہیں کیڑیاں جھوٹیاں جائیدادوں تے زمیناں تے مان کردا رہیا۔ ہتی مندا، اصل مٹی دا مان تے توں ہے، توں